ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਟੱਡੀ ਅਤੇ ਇਨਫੋ 'ਚ ਤੁਹਾਡਾ ਸਵਾਗਤ ਹੈ। BPT ਦਾ ਪੇਪਰ 2024 ਦਾ ਜਿਨ੍ਹਾਂ ਨੇ ਦੇਣਾ ਹੈ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਫੋਰਮ ਜਿਹੜੇ ਭਰਨ ਸ਼ੁਰੂ ਹੋ ਚੁੱਕੇ ਹਨ, ਆਰਮਡ ਕੇਡਰ ਵਾਲਿਆਂ ਵੱਲੋਂ ਵੀ ਫਾਰਮ ਭਰਵਾ ਲਏ ਗਏ ਹਨ ਅਤੇ ਡਿਸਟ੍ਰਿਕਟ ਕੇਡਰ ਵਾਲੇ ਵੀ ਬਹੁਤ ਜਲਦੀ ਜਿਹੜੇ ਤੁਹਾਡੇ ਫਾਰਮ ਹੈ ਉਹ ਭਰਵਾ ਲੈਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਅਗਲੇ ਹਫ਼ਤੇ ਜਾਂ ਇਸੇ ਹਫ਼ਤੇ ਜਿਹੜਾ ਤੁਹਾਡਾ ਸਿਲੇਬਸ ਹੈ ਉਹ ਜਾਰੀ ਹੋ ਜਾਵੇਗਾ। ਸਾਨੂੰ ਜਿੰਨਾ ਕੁ ਪਤਾ ਲੱਗਿਆ ਹੈ, ਇਹੀ ਉਮੀਦ ਹੈ ਕਿ ਸਿਲੇਬਸ ਦੇ ਤੁਹਾਡੇ ਟੌਪਿਕ ਸੇਮ ਰਹਿਣਗੇ, ਨਵੇਂ ਲਾਅ ਅਕੋਰਡਿੰਗ ਜਿਹੜੇ ਸੈਕਸ਼ਨ ਹੈ ਉਹ ਚੇਂਜ ਹੋ ਜਾਣਗੇ। ਠੀਕ ਹੈ, ਦੇਖੋ ਹੁਣ ਆਪਾਂ ਜਿਹੜਾ ਪਿਛਲੇ ਸਿਲੇਬਸ ਵਿੱਚ ਐਵੀਡੈਂਸ ਐਕਟ ਸੀਗਾ ਉਹ 24, 25, 26, 27, 32, ਠੀਕ ਹੈ, ਇਹ ਆਪਣੇ 5 ਸੈਕਸ਼ਨ ਸੀਗੇ। ਹੁਣ ਇਹ ਜਿਹੜਾ ਨਵਾਂ BSA ਵਿੱਚ ਕਨਵਰਟ ਹੋ ਕੇ ਇਹ 22, 23, 26 ਇਹ 3 ਸੈਕਸ਼ਨ ਜਿਹੜਾ ਕੰਪਲੀਟ ਆ ਚੁੱਕਿਆ ਹੈ। ਠੀਕ ਹੈ, ਹੁਣ ਆਪਾਂ ਜਿਹੜਾ ਐਵੀਡੈਂਸ ਐਕਟ ਦੇ ਪਿਛਲੇ ਜਿਹੜੇ ਆਪਣੇ ਟੌਪਿਕ ਸੀ ਉਹਨਾਂ ਦੇ ਜਿਹੜੇ ਨਵੇਂ ਸੈਕਸ਼ਨ ਚੇਂਜ ਹੋਏ ਆ, ਭਾਰਤੀ ਸਾਕਸ਼ੀ ਅਧਿਨਿਯਮ BSA ਜਿਹਨੂੰ ਸ਼ੋਰਟ ਫਾਰਮ ਕਹਿ ਦਿੱਤਾ ਜਾਂਦਾ ਹੈ, 22, 23 ਅਤੇ 26 ਇਸ ਵੀਡੀਓ 'ਚ ਕਰਾਂਗੇ। ਇਸ ਦਾ ਆਪਾਂ ਸੈਕਸ਼ਨ 23 ਕਰਾਂਗੇ। ਠੀਕ ਹੈ, 23 ਸੈਕਸ਼ਨ ਹੈ ਜਿਹੜਾ ਉਹਨੂੰ ਆਪਾਂ ਡਿਟੇਲ ਵਿੱਚ ਕਰਾਂਗੇ, ਉਹਦੀ ਕਲਾਸ ਵਿੱਚ ਆਪਾਂ ਐਗਜ਼ਾਮਪਲ ਲੈ ਕੇ ਵੀ ਉਹਨੂੰ ਸਮਝਾਂਗੇ। ਇਸ ਕਰਕੇ ਪੂਰੀ ਵੀਡੀਓ ਧਿਆਨ ਨਾਲ ਦੇਖਿਓ। ਬਾਕੀ ਜਿਹਨਾਂ ਨੇ BPT ਦਾ ਕੋਰਸ ਲੈਣਾ ਹੈ ਉਹ ਸਾਡੇ ਨੰਬਰ 90418-15272 ਉੱਤੇ ਵਟਸਐਪ ਕਰ ਸਕਦੇ ਹਨ। ਠੀਕ ਹੈ, ਤੁਹਾਨੂੰ ਅਸੀਂ ਜਿਹੜਾ BPT ਦਾ ਕੋਰਸ ਦੇ ਰਹੇ ਹਾਂ ਉਹ ਪੂਰਾ ਰਿਕਾਰਡਡ ਕੋਰਸ ਹੋਵੇਗਾ। ਸਾਰੇ ਦਾ ਸਾਰਾ ਕੋਰਸ ਜਿਹੜਾ ਤੁਹਾਨੂੰ ਐਪ ਉੱਤੇ ਮਿਲੇਗਾ, ਰਿਕਾਰਡਡ ਵੀਡੀਓ ਲੈਕਚਰ ਹੋਣਗੇ ਜਿਹੜੇ ਕਿ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਕਦੇ ਵੀ ਆਪਣੀ ਐਪ ਓਪਨ ਕਰਕੇ ਦੇਖ ਸਕਦੇ ਹੋ। ਟਾਈਮ ਦਾ ਕੋਈ ਇਸ਼ੂ ਨਹੀਂ ਹੈ, ਜਿਵੇਂ ਕਿ ਬਹੁਤ ਸਾਰੇ ਕੈਂਡੀਡੇਟ ਮੈਸੇਜ ਕਰ ਰਹੇ ਸਨ ਕਿ ਟਾਈਮ ਦਾ ਕੀ, ਟਾਈਮ ਦਾ ਦੇਖੋ ਇਸ ਵਿੱਚ ਕੋਈ ਇਸ਼ੂ ਨਹੀਂ ਹੈ। ਤੁਸੀਂ ਐਪ ਓਪਨ ਕਰੋਗੇ ਕਿਸੇ ਵੀ ਟਾਈਮ ਜਦੋਂ ਤੁਸੀਂ ਫ੍ਰੀ ਹੋ ਅਤੇ ਆਪਣੀ ਪੜ੍ਹਾਈ ਸ਼ੁਰੂ ਕਰ ਸਕਦੇ ਹੋ। ਸਾਰੇ ਹੀ ਰਿਕਾਰਡਡ ਲੈਕਚਰ ਮਿਲਣਗੇ, ਪਲੱਸ PDF ਤੁਹਾਨੂੰ ਐਪ ਉੱਤੇ ਮਿਲ ਜਾਣਗੇ, ਉਹ ਤੁਸੀਂ ਪ੍ਰਿੰਟ ਕਰਵਾ ਸਕਦੇ ਹੋ। ਠੀਕ ਹੈ, ਉਸ ਤੋਂ ਇਲਾਵਾ ਅਸੀਂ ਤੁਹਾਨੂੰ 10-10 ਨੰਬਰਾਂ ਦੇ ਟੈਸਟ ਵੀ ਐਪ ਉੱਤੇ ਹੀ ਕਰਵਾਵਾਂਗੇ। ਅਤੇ ਫਾਈਨਲੀ ਜੋ ਤੁਹਾਡਾ ਸਿਲੇਬਸ ਜਾਰੀ ਹੋ ਗਿਆ, ਤੁਹਾਡੇ ਇਗਜ਼ਾਮ ਤੋਂ 1 ਮਹੀਨਾ ਪਹਿਲਾਂ ਤੁਹਾਨੂੰ 5 ਮੌਕ ਟੈਸਟ ਕਰਵਾਵਾਂਗੇ ਜਿਹੜੇ ਕਿ ਤੁਹਾਡੇ ਪੇਪਰ ਦੇ ਪੂਰੇ 95-95 ਨੰਬਰ ਦੇ ਹੋਣਗੇ। ਠੀਕ ਹੈ, ਚਲੋ ਹੁਣ ਆਪਾਂ ਇਹ ਵੀਡੀਓ ਸ਼ੁਰੂ ਕਰਦੇ ਹਾਂ। ਹੁਣ ਗੱਲ ਕਰਦੇ ਹਾਂ ਅਗਲਾ ਸੈਕਸ਼ਨ BSA ਦਾ, ਭਾਰਤੀ ਸਾਕਸ਼ੀ ਅਧਿਨਿਯਮ। ਤੁਹਾਨੂੰ ਦੱਸਿਆ ਮੈਂ ਪਹਿਲਾਂ ਵੀ ਐਵੀਡੈਂਸ ਐਕਟ ਜਿਹੜਾ ਉਹ ਭਾਰਤੀ ਸਾਕਸ਼ੀ ਅਧਿਨਿਯਮ ਬਣ ਗਿਆ। ਠੀਕ ਹੈ, ਹੁਣ ਐਵੀਡੈਂਸ ਐਕਟ ਵਿੱਚ ਤੁਹਾਡੇ ਕੋਲ 3 ਸੈਕਸ਼ਨ ਸੀਗੇ, 25, 26, 27। ਠੀਕ ਹੈ, ਇਹ 3 ਸੈਕਸ਼ਨ ਹੈ ਜਿਹੜੇ, ਇਹ 3 ਹੁਣ ਸਿਰਫ ਅਤੇ ਸਿਰਫ 23 ਬਣ ਚੁੱਕਿਆ। ਠੀਕ ਹੈ, 23 ਦਾ ਪਹਿਲਾ ਪਾਰਟ, 23 ਦੇ 2 ਪਾਰਟ ਹੈ, ਜਿਹੜਾ ਦੂਜੇ ਪਾਰਟ ਦਾ ਪਹਿਲਾ ਪੈਰਾ ਇਹ, ਠੀਕ ਹੈ, ਇਹ ਦੂਜਾ ਪੈਰਾ ਹੈ। ਠੀਕ ਹੈ, ਮਤਲਬ ਕਿ ਜਿੰਨੇ ਵੀ ਤੁਹਾਡੇ ਸੈਕਸ਼ਨ ਸੀਗੇ 25, 26, 27 ਇਹ 3 ਹੁਣ 23 BSA ਵਿੱਚ ਕਵਰ ਹੋਣਗੇ। ਠੀਕ ਹੈ, ਹੁਣ ਆਪਾਂ ਪੜ੍ਹਦੇ ਹਾਂ ਇਸ ਬਾਰੇ। 23 ਦਾ ਪਹਿਲਾ ਕੀ ਹੈ, ਪਹਿਲਾ ਕਹਿੰਦਾ ਕਿ ਜਦੋਂ ਕਿਸੇ ਪੁਲਿਸ ਅਫਸਰ ਦੇ ਕੋਲ ਕੋਈ ਇਕਵਾਲ ਕੀਤਾ ਹੋਊਗਾ, ਠੀਕ ਹੈ, ਤਾਂ ਉਹ ਜਿਹੜਾ ਸਾਬਿਤ ਨਹੀਂ ਕੀਤਾ ਜਾ ਸਕਦਾ ਉਹਦੇ ਖਿਲਾਫ਼। ਠੀਕ ਹੈ, ਮਤਲਬ ਕਿਸੇ ਵਿਅਕਤੀ ਨੂੰ ਪੁਲਿਸ ਨੇ ਫੜਿਆ, ਉਹਨੇ ਪੁਲਿਸ ਦੇ ਖਿਲਾਫ਼ ਕੋਈ ਵੀ ਬਿਆਨ, ਪੁਲਿਸ ਦੇ ਕੋਲ ਕੋਈ ਵੀ ਬਿਆਨ ਦਿੱਤਾ, ਠੀਕ ਹੈ, ਉਹ ਜਿਹੜਾ ਉਹਦੇ ਖਿਲਾਫ਼ ਜਿਹੜੇ ਦੋਸ਼ ਲੱਗੇ ਹੋਏ ਹੈ ਉਹਦੇ ਖਿਲਾਫ਼ ਜਿਹੜਾ ਉਹ ਸਾਬਿਤ ਨਹੀਂ ਕੀਤਾ ਜਾ ਸਕਦਾ। ਪਹਿਲਾ ਪੁਆਇੰਟ ਇਹ ਹੋ ਗਿਆ। ਤੀਜੇ ਦਾ ਦੂਆ ਕੀ ਕਹਿੰਦਾ ਹੈ, ਕਹਿੰਦਾ ਜਦੋਂ ਕੋਈ ਪੁਲਿਸ ਦੀ ਹਿਰਾਸਤ ਵਿੱਚ ਹੋਊਗਾ, ਜੇਕਰ ਕੋਈ ਵਿਅਕਤੀ ਪੁਲਿਸ ਦੀ ਹਿਰਾਸਤ ਵਿੱਚ ਹੈ ਤਾਂ ਜੇ ਕੋਈ ਇਕਵਾਲ ਕਰਦਾ ਹੈ ਤਾਂ ਵੀ ਉਹਦੇ ਖਿਲਾਫ਼ ਉਹ ਸਾਬਤ ਨਹੀਂ ਕੀਤਾ ਜਾ ਸਕਦਾ। ਇੱਥੇ ਇੱਕ ਸ਼ਰਤ ਹੈ, ਬਸ਼ਰਤੇ ਕਿ ਜੇ ਪੁਲਿਸ ਦੀ ਹਿਰਾਸਤ ਵਿੱਚ ਕੋਈ ਵਿਅਕਤੀ ਹੈ ਅਤੇ ਉਹਨੇ ਉਹ ਬਿਆਨ ਹੈ ਜਿਹੜਾ ਉਹ ਮੈਜਿਸਟਰੇਟ ਦੀ ਹਾਜ਼ਰੀ ਵਿੱਚ ਲਿਆ ਹੋਊਗਾ ਤਾਂ ਉਹ ਜਿਹੜਾ ਉਹ ਸਾਬਤ ਕੀਤਾ ਜਾ ਸਕਦਾ ਹੈ। ਠੀਕ ਹੈ, ਮੰਨ ਲਓ ਪੁਲਿਸ ਨੇ ਕਿਸੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ, ਠੀਕ ਹੈ, ਜਦੋਂ ਤੱਕ ਪੁਲਿਸ ਦੀ ਹਿਰਾਸਤ ਵਿੱਚ ਹੈ ਉਹ ਵਿਅਕਤੀ ਉਹ ਬਿਆਨ ਮੰਨਣਯੋਗ ਨਹੀਂ ਹੋਊਗਾ। ਠੀਕ ਹੈ, ਜਦੋਂ ਪੁਲਿਸ ਉਹਨੂੰ ਆਪਣੀ ਹਿਰਾਸਤ ਵਿੱਚ ਹੀ ਮੈਜਿਸਟਰੇਟ ਅੱਗੇ ਪੇਸ਼ ਕਰਦੀ ਹੈ, ਜਦੋਂ ਉਹ ਮੈਜਿਸਟਰੇਟ ਦੇ ਸਾਹਮਣੇ ਕੋਈ ਬਿਆਨ ਦਿੰਦਾ ਹੈ ਤਾਂ ਜਿਹੜਾ ਉਹਦਾ ਬਿਆਨ ਉਹ ਮੰਨਣਯੋਗ ਹੋਵੇਗਾ। ਇਹ 2 ਚੀਜ਼ਾਂ ਹੋ ਗਈਆਂ ਇਸ ਵਿੱਚ। ਠੀਕ ਹੈ, 23 ਦੇ ਪਹਿਲੇ ਪੈਰੇ ਵਿੱਚ ਆਪਾਂ ਦੇਖ ਕੇ ਹਟੇ ਹਾਂ, ਠੀਕ ਹੈ, ਕਿ ਪੁਲਿਸ ਦੀ ਹਿਰਾਸਤ ਵਿੱਚ ਕੋਈ ਬਿਆਨ ਹੈ ਜਿਹੜਾ ਉਹ ਸਾਬਤ ਨਹੀਂ ਕੀਤਾ ਜਾ ਸਕਦਾ, ਪਰੰਤੂ ਮੈਜਿਸਟਰੇਟ ਦੀ ਹਾਜ਼ਰੀ 'ਚ ਜਿਹੜਾ ਸਾਬਤ ਕੀਤਾ ਜਾ ਸਕਦਾ। ਹੁਣ ਆ ਗਿਆ 23 ਦਾ ਹੀ ਦੂਜਾ ਪੈਰਾ ਇਹ। ਠੀਕ ਹੈ,
ਸਭ ਕਹਿ ਸਕਦੇ 23 ਦੇ ਅੰਦਰ ਇਹ ਸਭ ਇਹ ਠੀਕ ਹੈ। ਇਹਦੇ ਵਿੱਚ ਕੀ ਲਿਖਿਆ ਹੋਇਆ ਕਿ ਮੁਲਜ਼ਮ ਪਾਸੋਂ ਪ੍ਰਾਪਤ ਜਾਣਕਾਰੀ ਕਿੰਨੀ ਕੁ ਸਾਬਿਤ ਕੀਤੀ ਜਾ ਸਕਦੀ ਹੈ ਠੀਕ ਹੈ। ਜਿਵੇਂ ਕਿ ਕਹਿੰਦੇ ਵੀ ਵੈਸੇ ਤਾਂ ਜੇ ਪੁਲਿਸ ਖਿਲਾਫ਼ ਪੁਲਿਸ ਅਫਸਰ ਦੀ ਹਿਰਾਸਤ ਵਿੱਚ ਕੋਈ ਮੁਲਜ਼ਮ ਹੈ ਜਿਹੜਾ ਉਹ ਬਿਆਨ ਦਿੰਦਾ ਹੈ ਉਹ ਸਾਬਿਤ ਨਹੀਂ ਕੀਤਾ ਜਾ ਸਕਦਾ, ਪਰੰਤੂ ਜੇਕਰ ਕੋਈ ਉਹ ਅਜਿਹਾ ਬਿਆਨ ਦਿੰਦਾ ਹੈ ਜਿਹਦੇ ਨਾਲ ਕੋਈ ਨਵਾਂ ਫੈਕਟ ਕ੍ਰੀਏਟ ਹੁੰਦਾ ਹੈ ਠੀਕ ਹੈ, ਉਹ ਚੀਜ਼ ਨੂੰ ਜਿਹੜਾ ਆਪਾਂ ਬਿਆਨ ਹੈ ਜਿਹੜਾ ਉਨਾ ਕੁ ਬਿਆਨ ਜਿੰਨਾ ਜਿੰਨੇ ਕੁ ਨਵਾਂ ਫੈਕਟ ਕ੍ਰੀਏਟ ਹੋਇਆ ਹੈ ਉਨਾ ਕੁ ਬਿਆਨ ਤੁਸੀਂ ਮੰਨ ਸਕਦੇ ਹੋ ਠੀਕ ਹੈ। ਮੈਂ ਉਦਾਹਰਨ ਤੌਰ 'ਤੇ ਤੁਹਾਨੂੰ ਸਮਝਾ ਦਿੰਦਾ ਇੱਥੇ ਠੀਕ ਹੈ। ਮੰਨ ਲਓ ਇਹ ਕੀ ਚੀਜ਼ ਹੈ, ਇਹ ਸਾਰੀ ਡੈਫੀਨੇਸ਼ਨ ਹੈ ਜਿਹੜੀ ਤੁਹਾਨੂੰ ਬਾਅਦ 'ਚ ਮੈਂ ਪੜ੍ਹ ਕੇ ਸੁਣਾ ਦੇਵਾਂਗਾ, ਇਹ ਥੋੜ੍ਹੀ ਜਿਹੀ ਗੁੰਝਲਦਾਰ ਤਰੀਕੇ ਨਾਲ ਲਿਖੀ ਹੋਈ ਹੈ, ਆਪਾਂ ਇੱਕ ਉਦਾਹਰਨ ਤੌਰ 'ਤੇ ਇਹਨੂੰ ਸਮਝ ਲੈਂਦੇ ਹਾਂ ਵੀ ਕੀ ਹੈ ਇਹਦੇ ਵਿੱਚ ਠੀਕ ਹੈ। ਮੰਨ ਲਵੋ ਇੱਕ ਊੜਾ ਹੈ ਠੀਕ ਹੈ, ਊੜੇ ਵਿਅਕਤੀ ਨੇ ਕੋਈ ਕਤਲ ਕਰਿਆ ਹੈ, ਪੁਲਿਸ ਨੇ ਇਹਨੂੰ ਹਿਰਾਸਤ 'ਚ ਲੈ ਲਿਆ ਆਪਣੀ ਠੀਕ ਹੈ, ਪੁਲਿਸ ਨੇ ਇਸ ਨੂੰ ਆਪਣੀ ਹਿਰਾਸਤ 'ਚ ਲੈ ਲਿਆ। ਜਦੋਂ ਹੁਣ ਇਹ ਵਿਅਕਤੀ ਨੇ ਕਤਲ ਕੀਤਾ, ਪੁਲਿਸ ਨੂੰ ਇਹ ਨਹੀਂ ਪਤਾ ਕਿ ਜਿਹੜਾ ਊੜੇ ਨੇ ਕਤਲ ਕੀਤਾ ਉਹ ਕਤਲ ਦਾ ਵੈਪਨ ਕਿੱਥੇ ਹੈ, ਮੰਨ ਲਓ ਇਹਨੇ ਕੋਈ ਰਫਲ ਨਾਲ ਕਤਲ ਕੀਤਾ ਹੈ ਠੀਕ ਹੈ, ਉਹ ਕਤਲ ਦਾ ਵੈਪਨ ਕਿੱਥੇ ਹੈ, ਤਾਂ ਪੁਲਿਸ ਵਾਲੇ ਨੇ ਕੀ ਕਰਿਆ, ਮਾਰੇ ਦੋ ਥੱਪੜ ਮਾਰੇ ਊੜੇ ਦੇ, ਡਰ ਗਿਆ ਊੜੇ ਨੇ, ਜੇ ਦੱਸਤਾ ਕਿ ਫਲਾਣੀ ਜਗ੍ਹਾ ਇਹ ਜਿਹੜਾ ਵੈਪਨ ਹੈ ਮੈਂ ਦੱਬਿਆ ਪਿਆ ਹੈ ਜਾਂ ਸੁੱਟਿਆ ਪਿਆ ਹੈ ਠੀਕ ਹੈ। ਫਿਰ ਪੁਲਿਸ ਨੇ ਊੜੇ ਦੇ ਕਹੇ ਮੁਤਾਬਕ ਜਿਹੜਾ ਉਹ ਵੈਪਨ ਬਰਾਮਦ ਕੀਤਾ ਹੈ ਠੀਕ ਹੈ, ਉਹ ਇੱਕ ਨਵਾਂ ਫੈਕਟ ਹੋ ਗਿਆ ਠੀਕ ਹੈ। ਉਹ ਜਿਹੜਾ ਵੈਪਨ ਬਰਾਮਦ ਕੀਤਾ ਹੈ ਜਿਹੜਾ ਇਹ ਬਰਾਮਦ ਕੀਤਾ ਹੋਇਆ ਵੈਪਨ ਹੈ ਇਹ ਜਿਹੜਾ ਮੰਨਣਯੋਗ ਹੋਵੇਗਾ, ਮਤਲਬ ਇਹ ਗਵਾਹੀ ਹੈ ਜਿਹੜੀ ਇਹ ਉਹਦਾ ਇਕਵਾਲ ਹੈ ਜਿਹੜਾ ਵੀ ਮੈਂ ਵੈਪਨ ਫਲਾਣੀ ਜਗ੍ਹਾ ਰੱਖਿਆ ਹੋਇਆ ਸੀ ਉਨਾ ਕੁ ਬਿਆਨ ਉਹਦਾ ਜਿਹੜਾ ਮੰਨਣਯੋਗ ਹੋਵੇਗਾ ਠੀਕ ਹੈ। ਇਹ ਚੀਜ਼ ਬਸ ਇੰਨੀ ਕਹਿੰਦੇ 'ਚ ਕਹੀ ਹੈ, ਆਪਾਂ ਇਸ ਨੂੰ ਡਿਟੇਲ 'ਚ ਦੇਖ ਲੈਂਦੇ ਹਾਂ ਹੁਣ ਕੀ ਹੈ। ਦੇਖੋ ਕਹਿੰਦਾ ਜਦੋਂ ਕਿਸੇ ਤੱਥ ਸੰਬੰਧੀ ਇਹ ਗਵਾਹੀ ਦਿੱਤੀ ਜਾਵੇ ਕਿ ਕਿਸੇ ਅਪਰਾਧ ਦਾ ਦੋਸ਼ ਲੱਗੇ ਵਿਅਕਤੀ ਕੋਲ ਜੋ ਕਿਸੇ ਪੁਲਿਸ ਅਫਸਰ ਦੀ ਹਿਰਾਸਤ ਵਿੱਚ ਹੋਵੇ, ਜਿਹੜੀ ਉਹਦੀ ਹਾਸਿਲ ਜਾਣਕਾਰੀ ਦੇ ਉਹ ਤੇ ਜਿਹੜੇ ਕਿਸੇ ਦੋਸ਼ੀ ਤੋਂ ਕੋਈ ਜਾਣਕਾਰੀ ਹਾਸਿਲ ਕੀਤੀ ਹੈ ਉਸਦੇ ਨਤੀਜੇ ਵਜੋਂ ਪਤਾ ਲੱਗੇ, ਤਾਂ ਅਜਿਹੀ ਜਾਣਕਾਰੀ ਮਤਲਬ ਕਿ ਉਹੀ ਜਿਵੇਂ ਪੁਲਿਸ ਅਫਸਰ ਨੇ ਊੜੇ ਤੋਂ ਜਾਣਕਾਰੀ ਹਾਸਿਲ ਕੀਤੀ ਕਿ ਉਹਨੇ ਜਿਹੜੀ ਰਫਲ ਕਿੱਥੇ ਦੱਬੀ ਹੋਈ ਸੀ ਠੀਕ ਹੈ, ਉਹ ਜਾਣਕਾਰੀ ਜਿੰਨੀ ਕੁ ਹੋਊਗੀ ਠੀਕ ਹੈ, ਮਤਲਬ ਇੰਨੀ ਕੁ ਜਾਣਕਾਰੀ ਸੀ ਉਹਨੇ ਉੱਥੇ ਰਫਲ ਰੱਖੀ ਦੱਬੀ ਹੈ ਅਤੇ ਪੁਲਿਸ ਨੇ ਉਹ ਤੋਂ ਉਹ ਰਫਲ ਬਰਾਮਦ ਕੀਤੀ ਹੈ, ਉੰਨੀ ਕੁ ਜਿਹੜੀ ਜਾਣਕਾਰੀ ਹੈ ਤਾਂ ਉਹ ਜਿਹੜਾ ਉਹਦਾ ਬਿਆਨ ਹੈ ਉਹ ਮੰਨਣਯੋਗ ਹੋਵੇਗਾ ਠੀਕ ਹੈ। ਇਹ ਚੀਜ਼ ਹੈ ਇਹਦੇ ਵਿੱਚ ਜਿਹੜੀ ਆਪਾਂ ਨੂੰ ਦਿੱਤੀ ਹੋਈ ਹੈ, ਬਸ ਤੁਸੀਂ ਇੰਨਾ ਇਸ ਨੂੰ ਯਾਦ ਰੱਖਣਾ ਹੈ। ਕਈ ਵਾਰੀ ਇਸ ਮਤਲਬ ਕਿ ਜਿਹੜੀ ਡੈਫੀਨੇਸ਼ਨ ਵਿੱਚ ਬੰਦਾ ਕਨਫਿਊਜ਼ਨ ਹੋ ਜਾਂਦਾ ਹੈ, ਬਸ ਤੁਸੀਂ ਇੰਨੀ ਕੁ ਜਾ ਇਸ ਚੀਜ਼ ਨੂੰ ਜਿਹੜਾ ਡੈਫੀਨੇਸ਼ਨ ਦੇ ਤੌਰ 'ਤੇ ਸੋਰੀ ਆਪਣੇ ਇਗਜ਼ਾਮਪਲ ਦੇ ਤੌਰ 'ਤੇ ਯਾਦ ਰੱਖਣਾ ਠੀਕ ਹੈ। ਇਹਦੇ 'ਚ ਨਾਲ ਇਹ ਵੀ ਕਹਿੰਦਾ ਹੈ ਕਿ ਜਿੰਨੀ ਮਤਲਬ ਕਿ ਜਾਣਕਾਰੀ ਉਨੀ ਕੀ ਸਾਬਿਤ ਕਰਨੀ ਹੈ ਜਿੰਨੀ ਉਸ ਵੱਲੋਂ ਪਤਾ ਲੱਗੀ ਹੈ ਠੀਕ ਹੈ, ਜਿੰਨੀ ਉਸ ਵੱਲੋਂ ਪਤਾ ਲੱਗੇ ਤੱਥ ਨਾਲ ਨਿਖੜਵੇਂ ਰੂਪ ਨਾਲ ਸੰਬੰਧਿਤ ਹੋਵੇ ਉਨੀ ਕੁ ਜਾਣਕਾਰੀ ਹੈ ਜਿਹੜੀ ਅੱਗੇ ਸਾਬਿਤ ਕੀਤੀ ਜਾ ਸਕਦੀ ਹੈ ਠੀਕ ਹੈ। ਮਤਲਬ ਕਿ ਉਹਨੇ ਊੜੇ ਨੇ ਕਿਹਾ ਕਿ ਮੈਂ ਰਫਲ ਫਲਾਣੀ ਜਗ੍ਹਾ ਦੱਬੀ ਹੈ, ਬਸ ਉਨੀ ਕੁ ਹੀ ਜਾਣਕਾਰੀ ਉਹ ਮੰਨਣਯੋਗ ਹੋਈ, ਉਹ ਤੋਂ ਇਲਾਵਾ ਊੜਾ ਹੋਰ ਕੋਈ ਵੀ ਬਿਆਨ ਦਿੰਦਾ ਹੈ ਉਹ ਪੁਲਿਸ ਅਫਸਰ ਦੀ ਹਿਰਾਸਤ 'ਚ ਮੰਨਣਯੋਗ ਨਹੀਂ ਹੋਣਗੇ। ਮਤਲਬ ਕਿ ਸਿੰਪਲ ਜੀ ਗੱਲ ਹੈ, ਕੋਈ ਨਵਾਂ ਫੈਕਟ ਕ੍ਰੀਏਟ ਹੁੰਦਾ ਹੈ ਕਿ ਕੋਈ ਨਵੀਂ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਉਹ ਜਿਹੜਾ ਬਿਆਨ ਹੈ ਉਹ ਸਾਬਿਤ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ BSA ਦੇ ਦੂਜੇ ਟੌਪਿਕ ਜਿਹੜੇ 22-26 ਠੀਕ ਹੈ ਇਹ ਸੈਕਸ਼ਨ, ਇਸ ਤੋਂ ਇਲਾਵਾ BNS ਭਾਰਤੀ ਨਿਆਂ ਸਹਾਇਤਾ ਜਿਹੜੀ IPC ਨੂੰ ਚੇਂਜ ਹੋ ਕੇ ਬਣੀ ਹੈ, BNSS ਜਿਹੜੀ CRPC ਤੋਂ ਚੇਂਜ ਹੋ ਕੇ ਬਣੀ ਹੈ, ਅਤੇ ਹੋਰ ਸਿਲੇਬਸ ਜਿਹੜਾ ਤੁਹਾਨੂੰ ਅਸੀਂ ਆਪਣੇ ਕੋਰਸ ਵਿੱਚ ਕਰਵਾ ਰਹੇ ਹਾਂ ਠੀਕ ਹੈ। 90418-15272 ਨੰਬਰ ਉੱਤੇ ਵਟਸਐਪ ਕਰਕੇ ਤੁਸੀਂ ਇਹ ਕੋਰਸ ਜੁਆਇਨ ਕਰ ਸਕਦੇ ਹੋ। ਅੱਜ ਦੀ ਵੀਡੀਓ 'ਚ ਹੁਣ ਇੰਨਾ ਹੀ, ਧੰਨਵਾਦ।